ਅਸੀਂ ਇਹ ਸਫ਼ਰ ਨਾ ਬਾਈਕ ਦੇ ਉੱਤੇ ਕਰ ਰਹੇ ਹਾਂ, ਜਿਹੜੀ ਬਹੁਤ ਆਨੰਦ ਆ ਰਿਹਾ, ਬਹੁਤ ਨਜ਼ਾਰਾ ਆ ਰਿਹਾ ਬਾਈਕ ਚਲਾ ਕੇ ਉਰੇ। ਬੇਟੇ ਬੇਟੇ ਰਾਹ ਨੇ ਬਹੁਤ ਨਾਲ ਮੁੱਦਾ, ਮੈਂ ਤੂੰ ਮੇਰਾ ਸਤਪ੍ਰੀਤ ਸਿੰਘ, ਫਿਰ ਕੱਚੇ ਇਸ ਡੈਸਟੀਨੇਸ਼ਨ ਤੇ ਆਏ ਹਾਂ ਜੀ। ਬਹੁਤ ਨਜ਼ਾਰਾ, ਇਹ ਰੋਡ ਬਹੁਤ ਸੋਹਣਾ ਰੋਡ ਆ ਜੀ। ਇਹ ਆ ਜੀ ਐਡਵੈਂਚਰ ਪਾਰਕ। ਮੋਰਨੀ ਹਿੱਲ ਤੋਂ ਨਾ ਟਿੱਕਰਤਾਲ ਦੀ ਦੂਰੀ ਤਕਰੀਬਨ 7 ਕਿਲੋਮੀਟਰ ਆ। ਟਿੱਕਰਤਾਲ ਪਹੁੰਚਣ ਤੋਂ ਪਹਿਲਾਂ ਇਹ ਐਡਵੈਂਚਰ ਪਾਰਕ ਆਉਂਦੀ ਆ। ਇਹਦੀ ਜਿਹੜੀ ਅਡਲਟ ਦੀ ਟਿਕਟ ਆ ਉਹ 50 ਰੁਪਏ ਆ ਅਤੇ ਬੱਚਿਆਂ ਦੀ ਟਿਕਟ 30 ਰੁਪਏ ਆ ਜੀ। ਇਹ ਆਪਾਂ ਜਦੋਂ ਇਹਦੇ ਅੰਦਰ ਐਂਟਰ ਹੁੰਦੇ ਹਾਂ ਨਾ ਪਾਰਕ ਦੇ ਵਿੱਚ, ਅਤੇ ਆਹ ਪਹਿਲਾਂ ਗਲਾਸ ਲੱਗੇ ਹੋਏ ਨੇ ਬਹੁਤ ਜ਼ਿਆਦਾ, ਅਲੱਗ ਅਲੱਗ ਤਰ੍ਹਾਂ ਦਾ ਫੇਸ ਦਿੰਦਾ ਇਹਨਾਂ ਗਲਾਸਾਂ ਦੇ ਵਿੱਚ। ਇਹ ਦੇਖੋ ਪੇੜ ਨੂੰ ਬਣਾਇਆ ਹੋਇਆ ਆ ਕਿਸ ਤਰ੍ਹਾਂ। ਅੰਦਰ ਬੱਚਿਆਂ ਦੇ ਜਿਹੜੀ ਕਰਨ ਵਾਲੀਆਂ ਐਕਟੀਵਿਟੀਜ਼ ਬਹੁਤ ਜ਼ਿਆਦਾ ਨੇ। ਇਹ ਸਾਈਡ ਦੇ ਉੱਤੇ ਕੰਟੀਨ ਆ, ਤੁਸੀਂ ਕੌਫੀ ਵਗੈਰਾ ਪੀ ਸਕਦੇ ਹੋ, ਕੋਲਡ ਡਰਿੰਕਸ ਵਗੈਰਾ ਲੈ ਕੇ ਪੀ ਸਕਦੇ ਹੋ ਜੇਕਰ ਪਿਆਸ ਲੱਗ ਜਾਂਦੀ ਆ। ਇਹ ਆਪਾਂ ਜਦੋਂ ਅੰਦਰ ਨੂੰ ਜਾਂਦੇ ਹਾਂ ਪਾਰਕ ਘੁੰਮਣ ਨੂੰ, ਤਾਂ ਰਾਹ ਦੇ ਵਿੱਚ ਸਿਟਿੰਗ ਏਰੀਆ ਵੀ ਆ, ਵਿੱਚ ਬੈਠਣ ਵਾਸਤੇ ਬਣਾਇਆ ਹੋਇਆ। ਇਹ ਜਿਹੜੇ ਪੱਥਰ ਨੇ, ਪੱਥਰਾਂ ਨੂੰ ਉਸ ਤਰ੍ਹਾਂ ਤਰਾਸ਼ ਕੇ ਪੇੜ ਦਾ ਦਰਖਤ ਦੇ ਰੂਪ ਦੇ ਵਿੱਚ ਬਣਾਏ ਹੋਏ ਨੇ। ਆਹ ਛੋਟੇ ਛੋਟੇ ਬੋਟਿੰਗ ਹਾਊਸ ਬਣੇ ਹੋਏ ਨੇ, ਬਹੁਤ ਸੋਹਣੇ ਲੱਗਦੇ ਨੇ ਇਹ। ਆਹ ਜਿਹੜੀ ਜਗ੍ਹਾ ਆ ਇਹਨੂੰ ਭੂਲ ਭਲਈਆ ਕਹਿੰਦੇ ਨੇ, ਜਣੀ ਕਹਿੰਦੇ ਨੇ ਵੀ ਇਹਨੂੰ ਤਕਰੀਬਨ 7 ਮਿੰਟ ਤੋਂ ਉੱਤੇ ਦਾ ਸਮਾਂ ਲੱਗ ਜਾਂਦਾ ਆ ਨੋਰਮਲ ਬੰਦੇ ਨੂੰ ਇਹਦੇ ਵਿੱਚੋਂ ਨਿਕਲਣ ਨੂੰ। ਪਰ ਸਾਡੇ ਬੇਟੇ ਨੇ ਸਪ੍ਰੀਤ ਸਿੰਘ ਨੇ ਤਕਰੀਬਨ 1:49 ਦੇ ਵਿੱਚ ਨਾ ਇਹਨੂੰ ਪਾਰ ਕਰਤਾ ਸੀਗਾ। ਇਹ ਭੂਲ ਭਲਈਆ ਆ ਇਹ, ਕਈ ਜਣੇ ਤਾਂ ਅੰਦਰ ਰੁਕੀ ਜਾਂਦੇ ਨੇ, ਪਤਾ ਨਹੀਂ ਲੱਗਦਾ ਕਿੱਧਰ ਨੂੰ ਨਿਕਲਣਾ ਆ। ਇਹ ਭੂਲ ਭਲਈਆ ਬਣਾਇਆ ਹੋਇਆ ਅੰਦਰ। ਅਸੀਂ ਨਾ ਤੁਹਾਨੂੰ ਪਹਿਲੇ ਪਾਰਟ ਦੇ ਵਿੱਚ ਕਿਹਾ ਸੀ ਵੀ ਸਪ੍ਰੀਤ ਦਾ ਆਹਮੋ ਸਾਹਮਣਾ ਹੋਇਆ ਭੂਤਾਂ ਦੇ ਨਾਲ। ਇਹ ਆ ਜੀ ਉਹ ਜਗ੍ਹਾ ਜਿੱਥੇ ਹੋਇਆ ਸੀ ਸਪ੍ਰੀਤ ਦਾ ਆਹਮੋ ਸਾਹਮਣਾ ਭੂਤਾਂ ਦੇ ਨਾਲ ਜੀ, ਭੂਤ ਬੰਗਲਾ। ਚੱਲਦੇ ਹਾਂ ਜੀ ਇਹਦੇ ਅੰਦਰ ਨੂੰ ਅਤੇ ਦੇਖਦੇ ਹਾਂ ਕੀ ਕਰਦੇ ਨੇ ਭੂਤ। ਇਹ ਸ਼ਿਪ ਬਣੀ ਹੋਈ ਆ, ਕਿਸ਼ਤੀ, ਜਿਹੜੀ ਬੱਚਿਆਂ ਦੇ ਐਕਟੀਵਿਟੀ ਕਰਨ ਵਾਲੀਆਂ ਬਣੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਇਹ। ਹਾਂ ਸਾਹਮਣੇ ਵੀ ਇਹ ਚੀਜ਼ ਬਣੀ ਹੋਈ ਆ, ਬੱਚੇ ਇੱਧਰ ਦੀ ਜਾਂਦੇ ਨੇ ਉੱਧਰ ਦੀ ਨਿਕਲਦੇ ਨੇ, ਜਿਹੜੀ ਬੱਚਿਆਂ ਦੀਆਂ ਐਕਟੀਵਿਟੀਜ਼ ਕਰਨ ਲਈ ਸਾਰੀਆਂ ਬਣਾਈਆਂ ਹੋਈਆਂ ਨੇ।
ਸਾਹਮਣੇ ਕੱਛੂ ਖੁੰਮਾ ਬੈਠਾ ਆ, ਧੁੱਪ ਸੇਕ ਰਿਹਾ ਜੀ ਉਹ ਨਜ਼ਾਰੇ ਨਾਲ। ਇਹ ਬੱਚਿਆਂ ਦੇ ਲਮਕਣ ਵਾਸਤੇ ਲਾਈਆਂ ਹੋਈਆਂ ਨੇ ਜੀ। ਜਿਹੜੀ ਤੁਸੀਂ ਆਪਣੇ ਬੱਚਿਆਂ ਨਾਲ ਇਸ ਐਡਵੈਂਚਰ ਪਾਰਕ ਦੇ ਵਿੱਚ ਆਓ, ਬੱਚੇ ਬਹੁਤ ਇੰਜੋਏ ਕਰਦੇ ਨੇ, ਨਾਲ ਪੇਰੈਂਟਸ ਵੀ ਇੰਜੋਏ ਕਰਦੇ ਨੇ ਜੀ। ਜਣੀ ਇਸ ਸੋਹਣੇ ਵਾਤਾਵਰਣ ਨੂੰ ਮਾਣਦੇ ਹੋਏ ਤੁਸੀਂ ਐਕਟੀਵਿਟੀਜ਼ ਕਰ ਸਕਦੇ ਹੋ ਜੀ, ਇਸ ਜਗ੍ਹਾ ਦਾ ਆਨੰਦ ਲੈ ਸਕਦੇ ਹੋ ਜੀ। ਸ਼ਿਵਾਲਕ ਦੀਆਂ ਸੋਹਣੀਆਂ ਪਹਾੜੀਆਂ ਦੇ ਵਿੱਚ ਬਣਿਆ ਹੋਇਆ ਆ ਜੀ ਇਹ ਹਿੱਲ ਸਟੇਸ਼ਨ। ਇਹ ਨਾ ਦੋ ਤਾਲ ਨੇ, ਇੱਕ ਵੱਡੀ ਤਾਲ ਇੱਕ ਛੋਟੀ ਤਾਲ, ਜਾਣੀ ਇੱਕ ਪਹਾੜੀ ਇਹਨਾਂ ਦੋਨਾਂ ਤਾਲਾਂ ਨੂੰ ਵੰਡਦੀ ਆ, ਇਹਨਾਂ ਨੂੰ ਟਿੱਕਰ ਤਾਲ ਕਹਿੰਦੇ ਨੇ। ਆਪਣੇ ਪਰਿਵਾਰ ਸਮੇਤ ਇਸ ਹਿੱਲ ਸਟੇਸ਼ਨ 'ਤੇ ਆਓ ਅਤੇ ਆਪਣੀਆਂ ਵਕੇਸ਼ਨਸ ਦਾ ਆਨੰਦ ਲਵੋ ਜੀ। ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਜੀ ਇਹ। ਟਿੱਕਰ ਤਾਲ ਝੀਲ ਦੀ ਲੰਬਾਈ 550 ਮੀਟਰ ਆ ਅਤੇ ਚੌੜੀ 460 ਮੀਟਰ ਆ। ਜਿਹੜੇ ਮੋਰਨੀ ਹਿੱਲ ਦੇ ਲੋਕ ਨੇ ਨਾ ਇਸ ਝੀਲਾਂ ਨੂੰ ਪਵਿੱਤਰ ਮੰਨਦੇ ਨੇ। ਮੋਰਨੀ ਹਿੱਲ ਤੋਂ ਟਿੱਕਰ ਤਾਲ ਦੀ ਦੂਰੀ ਤਕਰੀਬਨ 7 ਕਿਲੋਮੀਟਰ ਆ। ਟਿੱਕਰ ਤਾਲ ਵਿੱਚ ਹਰਿਆਣਾ ਟੂਰਿਜ਼ਮ ਦਾ ਇੱਕ ਹੋਟਲ ਅਤੇ ਰੈਸਟੋਰੈਂਟ ਵੀ ਬਣਿਆ ਹੋਇਆ ਆ ਜੀ। ਬਹੁਤ ਸੋਹਣੀ ਜਗ੍ਹਾ ਆ ਇਹ ਕਾਰ ਪਾਰਕਿੰਗ ਆ ਜੀ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹਰਿਆਣਾ ਟੂਰਿਜ਼ਮ ਦਾ ਹੋਟਲ ਆ ਜੀ ਇਹ ਬਣਿਆ ਹੋਇਆ। ਇਹ ਆ ਜੀ ਸੋਹਣੀ ਟਿੱਕਰ ਤਾਲ ਵੱਡੀ ਤਾਲ। ਇੱਥੇ ਕਈ ਐਕਟੀਵਿਟੀਜ਼ ਨੇ ਜੀ, ਉਹ ਵੀ ਆਪਾਂ ਇੰਜੋਏ ਕਰਦੇ ਹਾਂ ਅੱਗੇ ਚੱਲ ਕੇ। ਇਹ ਜਿਹੜਾ ਨਾ ਹਰਿਆਣਾ ਟੂਰਿਜ਼ਮ ਦਾ ਹੋਟਲ ਬਣਿਆ ਹੋਇਆ ਆ, ਇਹਦੇ ਕਮਰੇ ਤੁਸੀਂ ਔਨਲਾਈਨ ਜਾ ਕੇ ਬੁੱਕ ਕਰ ਸਕਦੇ ਹੋ ਜੀ ਅਤੇ ਉੱਥੋਂ ਇਹਨਾਂ ਦਾ ਰੇਟ ਵੀ ਦੇਖ ਸਕਦੇ ਹੋ ਜੀ। ਇਸ ਜਗ੍ਹਾ ਦੇ ਉੱਤੇ ਆ ਕੇ ਨਾ ਜਾਣੀ ਬਿਲਕੁਲ ਅਹਿਸਾਸ ਵੀ ਨਹੀਂ ਹੁੰਦਾ ਵੀ ਆਪਾਂ ਹਰਿਆਣੇ ਦੇ ਵਿੱਚ ਹਾਂ, ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਹਿਮਾਚਲ ਦੇ ਵਿੱਚ ਹੁੰਦੇ ਹਾਂ। ਬਹੁਤ ਸੋਹਣੀ ਜਗ੍ਹਾ ਆ ਇਹ। ਇਹ ਆ ਜੀ ਹਰਿਆਣਾ ਟੂਰਿਜ਼ਮ ਦਾ ਬੀਅਰ ਬਾਰ ਬਣਿਆ ਹੋਇਆ ਜੀ, ਰੈਸਟੋ ਬਾਰ। ਇਹ ਆ ਜੀ ਹਰਿਆਣਾ ਟੂਰਿਜ਼ਮ ਦਾ ਬਣਿਆ ਹੋਇਆ ਰੈਸਟੋਰੈਂਟ ਜੀ। ਆ ਜਾਓ ਆਪਾਂ ਇੱਥੇ ਥੋੜ੍ਹੀ ਦੇਰ ਬੈਠਦੇ ਹਾਂ, ਕੁਛ ਖਾਂਦੇ ਹਾਂ, ਰੈਸਟ ਕਰਦੇ ਹਾਂ ਅਤੇ ਫਿਰ ਚੱਲਦੇ ਹਾਂ ਆਪਾਂ ਟਿੱਕਰ ਤਾਲ ਨੂੰ ਇੰਜੋਏ ਕਰਦੇ ਹਾਂ, ਘੁੰਮਦੇ ਹਾਂ, ਪਹਿਲਾਂ ਕੁਛ ਖਾਈਏ ਜ਼ਰੂਰ। ਇਸ ਜਗ੍ਹਾ ਤੋਂ ਨਾ ਬੋਟਿੰਗ ਦੀ ਟਿਕਟ ਲੈ ਕੇ ਤੁਸੀਂ ਬੋਟਿੰਗ ਨੂੰ ਵੀ ਇੰਜੋਏ ਕਰ ਸਕਦੇ ਹੋ ਜੀ।
इस जगह पर ना पैरामोटर राइडिंग भी होंगी आ कुछ कारण करके अज हो नहीं रही, नहीं तो आपू भी इंजॉय करना स। हरियाणे के इकलौते हिल स्टेशन मोरनी हिल और टिकरताल की वीडियो थोड़ा किस तरह की लगी कमेंट में जरूर दस्यो, लाइक शेयर और चैनल में सबसक्राइब जरूर करो जी। वाहेगुरु जी का खालसा, वाहेगुरु जी की फतेह।